ਲਓ ਵੀ ਕਿਸਾਨ ਭਰਾਵੋ, ਐਗਤੀ 105 ਰੁਪਈਏ ਕੁਇੰਟਲ ਅਚਾਰ ਪਊਗਾ ਆਪਾਂ ਨੂੰ ਜਦੋਂ ਆਪਾਂ ਘਰੇ ਅਚਾਰ ਪੈਦਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਅੱਜ ਆਪਾਂ ਤੁਹਾਨੂੰ ਮੱਕੀ ਦਾ ਬੀਜਣ ਤੋਂ ਲੈ ਕੇ ਤੇ ਵੱਢਣ ਤੱਕ ਕਿੰਨਾ ਖਰਚਾ ਆਉਂਦਾ, ਕੀ ਰੇਟ ਪੈਂਦਾ, 1 ਕਿੱਲੇ ਤੇ ਕਿੰਨਾ ਖਰਚਾ ਆਉਂਦਾ, ਉਹਦੀ ਆਪਾਂ ਪੂਰੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਤੇ ਇਹਦੇ ਵਿੱਚ ਕੀ ਆ ਕਿ ਮਾੜਾ ਮੋਟਾ ਜਿਹੜਾ ਖਰਚਾ ਪਾਣੀ ਉੱਤੇ ਨੇੜੇ ਹੋ ਜਿਹੜਾ ਥੱਲੇ ਹੋ ਸਕਦਾ, ਕਿਉਂਕਿ ਅੱਡੋ ਅੱਡੀ ਵਾਹਣਾਂ ਦੀ ਸਾਂਭ ਸੰਭਾਈ ਹੁੰਦੀ ਆ, ਪਰ ਆਪਾਂ ਆਪਣੇ ਵਾਹਣ ਦਾ ਬਈ ਤੁਹਾਨੂੰ ਟੋਟਲ ਖਰਚਾ ਦੱਸਦੇ ਹਾਂ ਵੀ 1 ਕਿੱਲੇ ਤੇ ਕਿੰਨਾ ਖਰਚਾ ਆਉਂਦਾ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ, ਤਾਂ ਮੱਕੀ ਵਾਲਾ ਜਿਹੜਾ ਵਾਹਣ ਵਾਹੁਣ ਦਾ ਖਰਚਾ ਜਿਹੜਾ ਉੱਤੇ ਡੀਜ਼ਲ ਮੱਚਦਾ ਉਹ 1500 ਰੁਪਇਆ, ਉਸ ਤੋਂ ਬਾਅਦ ਆਪਾਂ ਕੰਪਿਊਟਰ ਕਰਾਹਾ ਲਵਾ ਕੇ ਜਿਹੜੀ ਮੱਕੀ ਬੀਜੀ ਸੀਗੀ 1 ਘੰਟਾ ਲੱਗਿਆ ਸੀ ਤੇ 1000 ਰੁਪਇਆ ਜਿਹੜਾ 1 ਘੰਟੇ ਦਾ ਕੰਪਿਊਟਰ ਕਰਾਹ ਵਾਲੇ ਲੈਂਦੇ ਆ। ਉਸ ਤੋਂ ਬਾਅਦ 1 ਗੱਟਾ DAP ਦਾ ਤੇ 1 ਗੱਟਾ ਸੁਫਰ ਦਾ ਆਪਾਂ ਜਿਹੜਾ ਥੱਲੇ ਪਾਇਆ ਸੀਗਾ, ਤੇ 1850 ਰੁਪਈਏ ਦਾ 1 ਗੱਟਾ DAP ਦਾ ਤੇ 1 ਗੱਟਾ ਜਿਹੜਾ ਸੁਫਰ ਦਾ ਆਇਆ ਸੀ। ਉਸ ਤੋਂ ਬਾਅਦ ਜੇ ਕਿਸਾਨ ਵੀਰੋ ਆਪਾਂ ਗੱਲ ਕਰੀਏ ਮੱਕੀ ਦੇ ਬੀਜ ਦੀ, ਤਾਂ 8 ਕਿੱਲੋ ਆਪਾਂ ਗ੍ਰੀਨ ਲੈਂਡ ਦਾ ਜਿਹੜਾ ਬੀਜ ਪਾਇਆ ਸੀਗਾ ਐਗਤੀ, ਪਿਛਲੀ ਵਾਰੀ ਆਪਾਂ 1844 ਬੀਜੀ ਸੀ ਐਗਤੀ ਗ੍ਰੀਨ ਲੈਂਡ ਬੀਜੀ ਆ, ਤਾਂ 8 ਕਿੱਲੋ ਬੀਜ 2800 ਰੁਪਈਏ ਦਾ ਆਇਆ ਸੀਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੱਕੀ ਬਿਜਾਈ ਦਾ ਖਰਚਾ, ਜਿਹੜੀ ਆਪਾਂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਬੀਜਦੇ ਹਾਂ, ਤਾਂ 1200 ਰੁਪਈਆ ਕਿੱਲੇ ਦਾ ਜਿਹੜਾ ਬਿਜਾਈ ਦਾ ਖਰਚਾ ਆਉਂਦਾ। ਉਸ ਤੋਂ ਬਾਅਦ 3 ਗੱਟੇ ਯੂਰੀਆ ਦੇ ਆ ਗਏ, 270 ਰੁਪਈਆ ਦੇ ਹਿਸਾਬ ਨਾਲ 810 ਰੁਪਈਏ ਜਿਹੜੇ ਯੂਰੀਆ ਦੇ ਬਣਦੇ ਆ। ਤੇ ਉਸ ਤੋਂ ਬਾਅਦ ਆ ਗਈਆਂ ਸਪਰੇਆਂ, 5 ਸਪਰੇਆਂ ਆਪਾਂ ਕੀਤੀਆਂ ਸੀ ਬਾਈ 505 ਦੀਆਂ, 750 ਰੁਪਈਏ ਦਾ ਜਿਹੜਾ ਲੀਟਰ ਸੀਗਾ, ਤੇ 1 ਕਿੱਲੇ ਦੀ ਆਪਾਂ ਜਿਹੜੀ ਔਸਤ ਕੱਢੀ ਆ ਇਹ 1500 ਰੁਪਈਏ ਜਿਹੜਾ ਆਪਣਾ ਸਪਰੇ ਤੇ ਖਰਚਾ ਆ। ਕਈ ਆਪਣੇ ਕਿਸਾਨ ਭਰਾ ਜਿਹੜੇ ਕੋਈ ਮਹਿੰਗੀ ਸਪਰੇ ਕਰਦੇ ਆ ਉਹਨਾਂ ਦਾ ਜਿਹੜਾ ਖਰਚਾ ਉੱਚੇ ਥੱਲੇ ਉੱਤੇ ਹੋ ਸਕਦਾ, ਪਰ ਆਪਾਂ ਜਿਹੜਾ ਵੀ ਖਰਚਾ ਆਪਾਂ ਆਪਦਾ ਕੀਤਾ ਬਈ ਆਪਾਂ ਉਸ ਹਿਸਾਬ ਨਾਲ ਵੀਡੀਓ ਬਣਾਈ ਆ। ਉਸ ਤੋਂ ਬਾਅਦ ਆ ਗਿਆ ਨੈਨੋ ਯੂਰੀਏ ਦੀ, ਆਪਾਂ 2 ਸਪਰੇਆਂ ਕੀਤੀਆਂ ਸੀਗੀਆਂ, 250 ਰੁਪਈਏ ਦੀ ਜਿਹੜੀ 1 ਸ਼ੀਸ਼ੀ ਆਉਂਦੀ ਆ, 500 ਰੁਪਈਆ ਉਹਦਾ। ਉਸ ਤੋਂ ਬਾਅਦ ਜਿਹੜਾ ਇਸ ਤੋਂ ਬਾਅਦ ਖਰਚਾ ਆਉਣਾ ਮੱਕੀ ਵਢਾਈ ਦਾ ਖਰਚਾ, ਜੇ ਆਪਾਂ 1 ਕਿੱਲੇ ਦਾ ਦੇਖੀਏ ਤਾਂ 5500 ਰੁਪਈਆ ਆਪਾਂ ਲਾਤਾ ਮੱਕੀ ਢਵਾਈ ਦਾ ਖਰਚਾ, ਜਿਹੜਾ ਢੋਆ ਢਵਾਈ ਤੇ ਜਿਹੜਾ ਡੀਜ਼ਲ ਮੱਚਦਾ ਟਰੈਕਟਰਾਂ ਦਾ 1500 ਰੁਪਈਏ ਕਿੱਲੇ ਦਾ। ਉਸ ਤੋਂ ਬਾਅਦ ਜਿਹੜਾ ਕੋਈ ਮਾੜਾ ਮੋਟਾ ਕੋਈ ਝਿਰੀ ਕੱਢਣੀ ਹੁੰਦੀ ਆ ਜਾਂ ਆਪਾਂ ਦਿਹਾੜੀਆ ਲੈ ਕੇ ਆਉਣਾ ਨਾ ਉਹਦੇ, ਤਾਂ 1000 ਰੁਪਈਆ ਜਿਹੜਾ ਆਪਾਂ ਉਹਦਾ ਲਾਤਾ ਲੇਬਰ ਦਾ ਖਰਚਾ, ਜਿਹੜਾ ਟਰੈਕਟਰ ਲਤੜਦਾ ਅਚਾਰ ਲਤੜਾਈ ਦਾ ਖਰਚਾ 1000 ਰੁਪਈਏ ਦਾ ਡੀਜ਼ਲ। ਤੇ ਉਸ ਤੋਂ ਬਾਅਦ ਆ ਗਿਆ ਜਿਹੜਾ ਆਪਾਂ ਟੋਏ ਦੇ ਵਿੱਚ ਪਾਉਣੇ ਆ, ਤਾਂ ਟੋਏ ਦਾ ਲਿਫਾਫਾ 1000 ਰੁਪਈਏ ਦਾ। ਤੇ ਇਹਨਾਂ ਨੂੰ ਜੇ ਆਪਾਂ ਸਾਰਿਆਂ ਨੂੰ ਇਕੱਠਾ ਕਰਾਂਗੇ ਤਾਂ ਟੋਟਲ ਖਰਚਾ ਜਿਹੜਾ 21160 ਰੁਪਈਏ ਬਣਦਾ। ਸਾਡੇ ਵਾਹਣਾਂ ਦੇ ਵਿੱਚ ਬਈ ਤਕਰੀਬਨ 200 ਤੋਂ ਪਲੱਸ ਜਿਹੜੀ ਮੱਕੀ ਹੋ ਜਾਂਦੀ ਆ, 200 ਕੁਇੰਟਲ ਤੋਂ ਪਲੱਸ, ਪਰ ਆਪਾਂ 200 ਕੁਇੰਟਲ ਦਾ ਲਾਇਆ ਜਿਹੜਾ, ਜੇ ਆਪਾਂ 21160 ਰੁਪਈਆਂ ਨੂੰ 200 ਕੁਇੰਟਲ ਤੇ ਵੰਡਾਂਗੇ ਤਾਂ 105 ਰੁਪਈਏ ਕੁਇੰਟਲ ਜਿਹੜਾ ਆਪਣਾ ਘਰੇ ਚਾਰ ਪਊਗਾ, ਜੇ ਆਪਾਂ ਟੋਏ ਦੇ ਵਿੱਚ ਪਾਉਂਦੇ ਆ ਜਾਂ ਆਪਾਂ ਪੱਧਰ ਥਾਂ ਤੇ ਪਾਉਂਦੇ ਆ। ਕਈ ਜੇ ਆਪਾਂ ਬਾਜ਼ਾਰ ਦੇ ਵਿੱਚੋਂ ਜਿਵੇਂ ਆਪਾਂ ਮਾਰਕੀਟ ਦੇ ਵਿੱਚੋਂ ਲੈਂਦੇ ਹਾਂ ਤਾਂ ਆਪਾਂ ਨੂੰ ਜਿਹੜਾ ਮੱਕੀ ਦਾ ਚਾਰ ਉਹ 550 ਰੁਪਏ ਦੇ ਇੱਕ ਕੁਇੰਟਲ ਆਸ ਪਾਸ ਮਿਲਦਾ ਆਪਾਂ ਨੂੰ। ਤੇ ਜੇ ਆਪਾਂ ਘਰੇ ਆਪਦਾ ਅਚਾਰ ਜਿਹੜਾ ਉਹ ਤਿਆਰ ਕਰਦੇ ਹਾਂ ਤਾਂ ਆਪਾਂ ਨੂੰ ਬਈ 105 ਰੁਪਈਏ ਕੁਇੰਟਲ ਪੈਂਦਾ। ਅੱਜ ਦੇ ਟਾਈਮ 'ਚ ਜੇ ਆਪਾਂ ਤੂੜੀ ਦਾ ਵੀ ਰੇਟ ਦੇਖੀਏ ਤਾਂ ਤਕਰੀਬਨ 350 ਦੇ ਆਸ ਪਾਸ ਆ, ਤੇ ਮੱਕੀ ਦਾ ਚਾਰ ਦੇਖ ਲਓ ਤੁਸੀਂ 105 ਰੁਪਈਏ ਕੁਇੰਟਲ ਪੈਂਦਾ। ਇਹਦੇ ਨਾਲ ਫੀਡ ਦਾ ਖਰਚਾ ਵੀ ਘੱਟਦਾ ਤੇ ਜਿਹੜਾ ਪਸ਼ੂ ਛੇਤੀ ਤਿਆਰ ਹੋ ਜਾਂਦਾ। ਸੋ ਇਹ ਆਪਾਂ ਅੱਜ ਸਾਰੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਕਈ ਆਪਣੇ ਭਰਾ ਕਹਿਣਗੇ ਵੀ ਸਾਡਾ ਖਰਚਾ ਜ਼ਿਆਦਾ ਹੋ ਗਿਆ, ਉਹਦੇ ਵਿੱਚ ਬਈ ਅਲੱਗ ਅਲੱਗ ਹਰੇਕ ਆਪਣੇ ਕਿਸਾਨ ਭਰਾ ਦੀ ਸਾਂਭ ਸੰਭਾਲ ਤੇ ਡਿਪੈਂਡ ਕਰਦਾ। ਆਪਣਾ ਤਕਰੀਬਨ 4 ਸਾਲ ਤੋਂ ਤਜਰਬਾ ਜਿਹੜਾ
ਉਹ ਆਪਾਂ ਤੁਹਾਡੇ ਸਾਹਮਣੇ ਰੱਖਿਆ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਜਿਉਂਦੇ ਵਾਸਤੇ ਰਹੋ।